ਪੰਜਾਬ ਸਰਕਾਰ ਵੱਲੋਂ ਮੋਟੇ ਤੌਰ 'ਤੇ ਜੋ ਨਵੀਆਂ ਤਿੰਨ ਸਕੀਮਾਂ ਸ਼ੁਰੂ ਕੀਤੀਆਂ ਗਈਆਂ, ਇੱਕ ਤਾਂ ਜੋ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦਾ ਜੋ ਸਰਕਾਰ ਨੇ ਪ੍ਰਣ ਲਿਆ, ਨੰਬਰ 2 ਦੇ ਉੱਤੇ ਹਰੇਕ ਪਰਿਵਾਰ ਨੂੰ ਘਰ ਘਰ ਨੌਕਰੀ ਦੇਣੀ ਹੈ, ਨੰਬਰ 3 ਪੰਜਾਬੀਆਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਦੀ ਸੰਭਾਲ ਕਰਨੀ ਹੈ। ਇਸ ਤਿੰਨੇ ਮੱਦਾਂ ਦੇ ਉੱਤੇ ਜੋ ਸਰਕਾਰ ਦੀਆਂ ਹਦਾਇਤਾਂ ਨੇ, ਜੋ ਜ਼ਿਲ੍ਹੇ ਦੇ ਵਿੱਚ ਸਾਡੇ ਸਰਕਾਰੀ ਮਸ਼ੀਨਰੀ ਹੈ, ਜਿੰਨੇ NGOs ਨੇ, ਸਾਰੀ ਪ੍ਰੈਸ, ਸਾਰਿਆਂ ਦਾ ਸਹਿਯੋਗ ਲੈ ਕੇ ਇੱਕ ਸਾਂਝੇ ਤੌਰ ਦੇ ਉੱਤੇ ਅਸੀਂ ਕੋਸ਼ਿਸ਼ ਕਰਕੇ ਤਿੰਨਾਂ ਸਕੀਮਾਂ ਨੂੰ ਪੰਜਾਬ ਸਰਕਾਰ ਦੀ ਇਨ ਬਿਨ ਦੀ ਜਿਹੜੀ ਪਾਲਣਾ ਪੰਜਾਬ ਦੇ ਵਿੱਚ ਇਸ ਜ਼ਿਲ੍ਹੇ ਦੇ ਵਿੱਚ ਲਾਗੂ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਸ਼ੁਰੂਆਤ ਦੇ ਵਿੱਚ ਹਰ ਪਿੰਡ ਦੇ ਵਿੱਚੋਂ 10 ਕੈਂਡੀਡੇਟ ਪ੍ਰੋਬੇਬਲ ਜਿਨ੍ਹਾਂ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਉਹ ਅਸੀਂ ਆਇਡੈਂਟੀਫਾਈ ਕਰ ਲਏ ਹੈ। 410 ਪਿੰਡ ਨੇ, 4100 ਬੱਚਿਆਂ ਦੇ ਅਸੀਂ ਜਿਹੜਾ ਡਾਟਾ ਹੈ ਉਹ ਅਸੀਂ ਅਪਲੋਡ ਕਰਕੇ ਇੰਪਲਾਇਮੈਂਟ ਐਕਸਚੇਂਜ ਸਾਡਾ ਜ਼ਿਲ੍ਹੇ ਦਾ ਹੈਗਾ ਉੱਥੇ ਅਪਲੋਡ ਹੋ ਗਿਆ ਅਤੇ ਸਟੇਟ ਗਵਰਨਮੈਂਟ ਕੋਲ ਵੀ ਚਲਿਆ ਗਿਆ। ਹੁਣ ਫਰਦਰ ਇਹਨਾਂ 4100 ਬੱਚੇ ਬੱਚੀਆਂ ਨੂੰ ਅਸੀਂ ਵੱਖ ਵੱਖ ਅਦਾਰਿਆਂ 'ਚ, ਚਾਹੇ ਉਹ ਪ੍ਰਾਈਵੇਟ ਨੇ, ਚਾਹੇ ਉਹ ਅਰਧ ਸਰਕਾਰੀ ਨੇ, ਚਾਹੇ ਉਹ ਨਰੋਲ ਕੋਈ ਫੈਕਟਰੀਆਂ ਨੇ, ਕੋਈ ਇੰਡਸਟਰੀ ਹੈ, ਉਹਨਾਂ ਦੇ ਨਾਲ ਅਸੀਂ ਟੈਗ ਕਰਕੇ ਉਹਨਾਂ ਦੀ ਕੁਆਲੀਫਿਕੇਸ਼ਨ ਤਜਰਬਾ ਦੇ ਮੁਤਾਬਕ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਕੇ ਸਾਰਿਆਂ ਨੂੰ ਇਹ ਯੋਗ ਬਣਾਈਏ ਕਿ ਉਹ ਆਪਦੀ ਰੋਜ਼ੀ ਰੋਟੀ ਲਈ ਯੋਗ ਹੋ ਸਕਣ। ਅਜੇ ਇਹ ਜਿਹੜੀ ਸਕੀਮ ਸੀ ਇਹ ਪਿੰਡਾਂ ਤੱਕ ਸੀਮਿਤ ਕੀਤੀ ਗਈ ਸੀ। ਇਹ 410 ਜਿਹੜੇ ਸਾਡੇ ਪਿੰਡ ਨੇ, ਰੂਰਲ ਪਿੰਡ।